ਕਿਤੇ ਬੀਅਰ ਲੈਣ ਜਾ ਰਿਹਾ ਸੀਗਾ ਜਦੋਂ ਮੈਂ ਵਾਪਸ ਆ ਰਿਹਾ ਸੀਗਾ ਤੇ ਦੋ ਬੰਦੇ ਆਪਸ ਵਿੱਚ ਲੜਦੇ ਸੀ ਤੇ ਮੈਂ ਉਹਨਾਂ ਨੂੰ ਛੁਡਾਉਣ ਲਈ ਵਿੱਚ ਗਿਆ ਤੇ ਇੱਕ ਬੰਦੇ ਨੇ ਮੇਰੇ ਸਿਰ 'ਤੇ ਇੱਟ ਮਾਰੀ ਤੇ ਦੂਜੇ ਬੰਦੇ ਨੇ ਮੇਰੇ ਸਿਰ 'ਤੇ ਬੋਤਲ ਅਸੀਂ ਉੱਥੇ ਆਪਣੀ ਜਾਨ ਬਚਾ ਕੇ ਨਿਕਲੇ ਅਸੀਂ ਬੰਦੇ ਆਪਣੇ ਘਰੇ ਵੜੇ ਸਾਡੇ ਘਰ ਤੱਕ ਪਿੱਛੇ ਆਏ ਬੰਦੇ ਕੌਣ ਸੀਗੇ ਸਾਰੇ ਝੁੱਗੀਆਂ ਵਾਲੇ ਬੰਦੇ ਸੀ ਜੀ ਇਹਨਾਂ ਨੇ ਪੂਰੇ ਪਾਜ ਕਰੋੜ 'ਤੇ ਪਹਿਲਕਾ ਮਚਾਇਆ ਹੋਇਆ ਇਹ ਗੈਂਗਸਟਰ ਬੰਦੇ ਆ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਝੁੱਗੀ ਵਾਲਿਆਂ ਦੀ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲ ਰਿਹਾ ਹੈ ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਸਰਕਾਰੀ ਸਕੂਲ ਦੇ ਕੋਲ ਬੀਤੀ ਰਾਤ ਦੋ ਧਿਰਾਂ ਵਿਚਾਲੇ ਹੋ ਰਿਹਾ ਝਗੜਾ ਸੁਲਝਾਉਣ ਲਈ ਵਿਅਕਤੀ ਦੇ ਉੱਪਰ ਇੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਝਗੜਾ ਸੁਲਝਾਉਣ ਕੇ ਵਿਅਕਤੀ ਨੇ ਤਾਜਪੁਰ ਰੋਡ ਦੇ ਬਿਹਾਰੀ ਕਲੋਨੀ ਵਿੱਚ ਬਣੀਆਂ ਝੁੱਗੀਆਂ 'ਚ ਰਹਿਣ ਵਾਲੇ ਪ੍ਰਵਾਸੀਆਂ 'ਤੇ ਨਸ਼ੇ ਵਿੱਚ ਧੁੱਤ ਹੋ ਕੇ ਗੁੰਡਾਗਰਦੀ ਕਰਨ ਦੇ ਆਰੋਪ ਲਗਾਏ ਹਨ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਝੁੱਗੀ ਵਾਲੇ ਆਏ ਦਿਨ ਲੜਾਈ ਝਗੜਾ ਕਰਦੇ ਰਹਿੰਦੇ ਹਨ ਜਿਸ ਬਾਰੇ ਪੁਲਿਸ ਵੀ ਸਭ ਕੁਝ ਜਾਣਦੀ ਹੈ ਪਰ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ ਉੱਧਰ ਪ੍ਰਵਾਸੀ ਵਿਅਕਤੀਆਂ ਕੋਲੋਂ ਉਹਨਾਂ ਦਾ ਪੱਖ ਜਾਣਨ ਲਈ ਕਾਫੀ ਫੋਨ ਕੀਤੇ ਗਏ ਪਰ ਉਹਨਾਂ ਨੇ ਕੈਮਰੇ 'ਤੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ ਅੱਜ ਮੈਨੂੰ ਛੁੱਟੀ ਸੀਗੀ ਆਪਣੇ ਕੰਮ ਤੋਂ ਮੈਂ ਠੇਕੇ 'ਤੇ ਬੀਅਰ ਲੈਣ ਜਾ ਰਿਹਾ ਸੀ ਠੇਕੇ 'ਤੇ ਬੀਅਰ ਲੈਣ ਜਾ ਰਿਹਾ ਸੀਗਾ ਜਦੋਂ ਮੈਂ ਵਾਪਸ ਆ ਰਿਹਾ ਸੀਗਾ ਤਾਂ ਦੋ ਬੰਦੇ ਆਪਸ 'ਚ ਲੜਦੇ ਪਏ ਸੀ ਅਤੇ ਮੈਂ ਉਹਨਾਂ ਨੂੰ ਛੁਡਾਉਣ ਲਈ ਵਿੱਚ ਗਿਆ ਤਾਂ ਇੱਕ ਬੰਦੇ ਨੇ ਮੇਰੇ ਸਿਰ 'ਚ ਇੱਟ ਮਾਰੀ ਅਤੇ ਦੂਜੇ ਬੰਦੇ ਨੇ ਮੇਰੇ ਸਿਰ 'ਤੇ ਬੋਤਲ ਮਾਰੀ ਅਸੀਂ ਉੱਥੇ ਆਪਣੀ ਜਾਨ ਬਚਾ ਕੇ ਨਿਕਲੇ ਅਸੀਂ ਬੰਦੇ ਆਪਣੇ ਘਰੇ ਵੜੇ ਸਾਡੇ ਘਰ ਤੱਕ ਪਿੱਛੇ ਆਏ ਬੰਦੇ ਕੌਣ ਸੀਗੇ ਸਾਰੇ ਝੁੱਗੀਆਂ ਵਾਲੇ ਬੰਦੇ ਸੀ ਜੀ ਇਹਨਾਂ ਨੇ ਪੂਰੇ ਤਾਜਪੁਰ ਰੋਡ 'ਤੇ ਪਹਿਲਕਾ ਮਚਾਇਆ ਹੋਇਆ ਇਹ ਗੈਂਗਸਟਰ ਬੰਦੇ ਆ ਇਹਨਾਂ ਨੂੰ ਹੀ ਪਤਾ ਹੈ ਇਹ 7 ਨੰਬਰ ਥਾਣੇ ਨੂੰ ਪਤਾ 8 ਨੰਬਰ ਨੂੰ ਹੀ ਪਤਾ ਹੈ ਇਹ ਸਾਰਿਆਂ ਨੂੰ ਪਤਾ ਹੈ ਇਹ 'ਚ ਕੋਈ ਲੁਕੋ ਨਹੀਂ ਹੈਗਾ ਇਹ 'ਚ ਕੋਈ ਲੁਕੋ ਨਹੀਂ ਹੈਗਾ ਤੁਸੀਂ ਅੱਜ ਵੀ ਮੇਰਾ ਕੰਮ ਦਿਖਾ ਲਓ ਅੰਦਰ ਮੈਂ ਕਦੀ ਲੜਿਆ ਨਹੀਂ ਹੈਗਾ ਮੇਰੇ ਖਿਲਾਫ਼ ਕਿਸੇ ਵੀ ਥਾਣੇ 'ਚ ਐੱਫ ਆਰ ਆਈ ਹੋਈ ਹੋਵੇ ਮੈਂ ਕਿਸੇ ਚੀਜ਼ ਦਾ ਦੋਸ਼ੀ ਹੋਵਾਂ ਤਾਂ ਤੁਹਾਡੀ ਜੁੱਤੀ ਹੋਊਗੀ ਪ੍ਰਸ਼ਾਸਨ ਦੀ ਮੇਰਾ ਸਿਰ ਹੋਊਗਾ ਚਲੋ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ 'ਤੇ ਇਹੀ ਮੰਗ ਕਰਦਾ ਕਿ ਮੈਨੂੰ ਇਸ ਤੋਂ ਆਪਣੀ ਜਾਨ ਦਾ ਖਤਰਾ ਹੈ ਜੀ ਇਸ ਕਰਕੇ ਮੈਂ ਉਹਨਾਂ ਦੇ ਨਾਲ ਉਹਨਾਂ ਦੀ ਗੱਡੀ 'ਚ ਆਇਆ ਕਿਉਂਕਿ ਇਹ ਕੁਛ ਵੀ ਕਰ ਸਕਦੇ ਆ ਇਹਨਾਂ ਨੂੰ ਪਤਾ ਨਹੀਂ ਇਹ ਪਹਿਚਾਣੇ ਵੀ ਨਹੀਂ ਜਾਂਦੇ ਬੱਚੋ ਸਾਰੇ ਇੱਕੋ ਜਿਹੇ ਹੀ ਆ ਇਹ ਸਾਰੇ ਝੁੱਗੀਆਂ ਵਾਲੇ ਗੌਤਮ ਮੁੰਡਾ ਮੇਨ ਸੀਗਾ ਬਾਕੀ ਉਹਦੇ ਸਾਰੇ ਨਾਲ ਸੀਗੇ ਗੌਤਮ ਦਾ ਨਾਂ ਜਾਣਦਾ ਉਹ ਵੀ ਮੈਨੂੰ ਕਿਸੇ ਮੁੰਡੇ ਥਰੂ ਪਤਾ ਲੱਗਿਆ ਵੀ ਇਹ ਗੌਤਮ ਸੀਗਾ ਦੂਜੇ ਪਾਸੇ ਥਾਣਾ ਡਿਵੀਜ਼ਨ ਨੰਬਰ 7 ਵਿੱਚ ਤਾਇਨਾਤ ASI ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਤਾਜਪੁਰ ਰੋਡ 'ਤੇ ਝਗੜਾ ਹੋਇਆ ਹੈ ਝਗੜੇ ਵਿੱਚ ਜ਼ਖਮੀ ਲੋਕ ਮੈਡੀਕਲ ਕਰਵਾਉਣ ਲਈ ਗਏ ਹਨ ਅਤੇ ਮੈਡੀਕਲ ਰਿਪੋਰਟ ਆਉਣ ਦੇ ਬਾਅਦ ਜੋ ਵੀ ਕਾਰਵਾਈ ਬਣਦੀ ਹੋਵੇਗੀ ਕੀਤੀ ਜਾਵੇਗੀ ਇਹ ਮਾਮਲਾ ਇਸ ਤਰ੍ਹਾਂ ਵੀ ਉਹਨਾਂ ਇਤਲਾਹ ਮਿਲੀ ਸੀ ਵੀ ਤਾਜਪੁਰ ਰੋਡ 'ਤੇ ਸਰਕਾਰੀ ਸਕੂਲ ਦੇ ਲਾਗੇ ਦੋ ਤਰ੍ਹਾਂ ਦੀ ਲੜਾਈ ਹੋ ਰਹੀ ਸੀ ਅਤੇ ਉਹਦੇ ਅੰਦਰ ਤਾਂ ਮੌਕੇ 'ਤੇ ਗਏ ਸੀਗੇ ਮੌਕੇ 'ਤੇ ਸਾਨੂੰ ਇੱਕ ਫਿਰ ਉੱਥੇ ਗੁਰਦੀਪ ਸਿੰਘ ਇੰਦਰਾ ਯੂਨੀਵਰਸਿਟੀ ਮਿਲਿਆ ਉਹਦੇ ਦਾ ਦੱਸ ਰਿਹਾ ਸੀ ਕਿ ਠੇਕੇ ਦੇ ਬਾਹਰ ਦੋ ਤਰ੍ਹਾਂ ਲੜ ਰਹੀਆਂ ਸੀਗੀਆਂ ਅਤੇ ਮੈਂ ਉਹਨਾਂ ਨੂੰ ਵਜਾਉਣ ਲੱਗ ਪਿਆ ਉਹਨਾਂ ਨੇ ਮੇਰੇ ਸਿਰ ਦੇ ਵਿੱਚ ਬੋਤਲ ਮਾਰੀ ਹੈ ਬਾਕੀ ਦੂਸਰੀ ਧਿਰ ਬਾਰੇ ਬਿਹਾਰੀ ਕਲੋਨੀ ਦੱਸਦੇ ਨੇ ਉਹ ਮੈਂ ਕਿਹਾ ਤੇ ਉਹਦੇ ਸੱਤਰ ਤੋਂ ਲੱਗੀਆਂ ਨੇ ਉਹ ਵੀ ਸਿਵਲ ਹੋਸਪਿਟਲ ਗਏ ਹੋਏ ਨੇ ਹੁਣ ਉਹਨਾਂ 'ਚ ਇੰਜਰਡ ਕਿਹੜਾ ਹੈ ਇਹ ਤੈਨੂੰ ਬਾਅਦ 'ਚ ਪਤਾ ਲੱਗੂਗਾ ਇੱਧਰ ਗੁਰਦੀਪ ਸਿੰਘ ਇੰਜਰਡ ਹੈ ਉਹ ਮੈਡੀਕਲ ਕਰਾਉਣ ਲਈ ਗਏ ਹੋਏ ਨੇ ਅਤੇ ਹੁਣ ਗੁਰਦੀਪ ਸਿੰਘ ਜਾ ਰਿਹਾ ਬਾਕੀ ਜੋ ਵੀ ਉਹਨਾਂ ਦੀ ਸਟੇਟਮੈਂਟ ਹੈ ਮੈਡੀਕਲ ਰਿਪੋਰਟ ਆਊਗੀ ਉਹਦੇ ਦੱਸ ਜਿਹੜੀ ਮੰਗੀ ਕਾਰਵਾਈ ਕੀਤੀ ਜਾਵੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ A1 ਪੰਜਾਬੀ ਜਦੋਂ ਸਮੱਸਿਆ ਦਾ ਹੈ ਹੱਲ ਫਿਰ ਕਿਉਂ ਹੋ ਪਰੇਸ਼ਾਨ ਜਿਵੇਂ ਮਨ ਚਾਹਿਆ ਪਿਆਰ ਪਤੀ ਪਤਨੀ 'ਚ ਅਣਬਣ ਕਾਲੇ ਜਾਦੂ ਦਾ ਖਾਤਮਾ ਵਸ਼ੀਕਰਨ ਲਾਟਰੀ ਨੰਬਰ ਪਾਓ ਪਿਆਰ ਵਿੱਚ ਧੋਖਾ ਖਾਧੇ ਹੋਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ ਸੰਪਰਕ ਕਰੋ ਵਿਸ਼ਵਨਾਥ ਤਾਂਤਰੇ ਤੁਸੀਂ ਸੰਪਰਕ ਕਰ ਸਕਦੇ ਹੋ 90244 70842